ਸਲੋਕ ਮਹਿਲਾ ਤੀਜਾ ਸਤਿਆਂ ਇਹ ਨਾ ਆਖੀਏ ਹੈ ਜੋ ਮੰਡਿਆ ਰੰਗ ਜਲ ਹੈ ਨਾਨਕ ਸਤਿਆਂ ਜਾਣੀਏ ਹੈ ਜੈ ਵਿਰ ਹੈ ਚੋਟ ਮਰ ਹੈ। ਯਹਾਂ ਪਰ ਗੁਰੂ ਜੀ ਨੇ ਸਤੀ ਪ੍ਰਥਾ ਕਾ ਖੰਡਨ ਕੀਆ ਹੈ। ਉਨ ਇਸਤਰੀਓ ਕੋ ਸਤੀ ਨਹੀਂ ਮਾਨਨਾ ਚਾਹੀਏ ਜੋ ਪਤੀ ਕੀ ਲਾਸ਼ ਕੇ ਸਾਥ ਜਲ ਮਰਤੀ ਹੈ। ਹੇ ਨਾਨਕ, ਦਰਅਸਲ ਵਹੀ ਇਸਤਰੀਆਂ ਸਤੀ ਕਹਿਲਾਨੇ ਕੀ ਹੱਕਦਾਰ ਹੈ ਜੋ ਆਪਣੇ ਪਤੀ ਕੇ ਵਿਯੋਗ ਕੇ ਦੁੱਖ ਸੇ ਮਰ ਜਾਤੀ ਹੈ। ਮਹਿਲਾ ਤੀਜਾ, ਭੀ ਸੋ ਸਤੀਆਂ ਜਾਣੀਏ ਸੀਲ ਸੰਤੋਖ ਰਹਿਣ ਸੇਵਣ ਸਾਈ ਆਪਣਾ ਨਿਤ ਉਠ ਸੰਭਾਲਣ। ਜੋ ਇਸਤਰੀਆਂ ਸ਼ੀਲ ਏਵਮ ਸੰਤੋਸ਼ ਕੇ ਸਾਥ ਰਹਿਤੀ ਹੈ ਉਨ੍ਹੇ ਭੀ ਸਤੀ ਮਾਨਨਾ ਚਾਹੀਏ। ਵੇ ਆਪਣੇ ਸਵਾਮੀ ਕੀ ਸੇਵਾ ਕਰਤੀ ਹੈ ਔਰ ਨਿਤਯ ਪ੍ਰਤਹ ਕਾਲ ਉੱਠ ਕਰ ਉਨਕੀ ਸੰਭਾਲ ਕਰਤੀ ਹੈ। ਮਹਿਲਾ ਤੀਜਾ, ਕੰਤਾ ਨਾਲ ਮਹਿਲਿਆ ਸੇਤੀ ਅੱਗ ਜਲਾਹ ਜੇ ਜਾਣਹ ਪੀਰ ਆਪਣਾ ਤਾਂ ਤਨ ਦੁੱਖ ਸਲਾਹ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਹ ਭਾਵੇ ਜੀਵਉ ਕੇ ਮਰਉ ਦੂਰ ਹੀ ਭਾਜ ਜਾਹ। ਜੋ ਇਸਤਰੀਆਂ ਪਤੀਓ ਕੇ ਸਾਥ ਅਗਨੀ ਮੇ ਜਲ ਕਰ ਮਰਤੀ ਹੈ ਵੇ ਤੋ ਹੀ ਆਪਣੇ ਤਨ ਪਰ ਦੁੱਖ ਸਹਿਨ ਕਰਤੀ ਹੈ ਯਦੀ ਵੇ ਉਨ੍ਹੇ ਆਪਣਾ ਪਤੀ ਸਮਝਤੀ ਹੈ। ਹੇ ਨਾਨਕ, ਜੋ ਇਸਤਰੀਆਂ ਉਨ੍ਹੇ ਆਪਣਾ ਪਤੀ ਹੀ ਨਹੀਂ ਸਮਝਤੀ ਉਨ੍ਹੇ ਆਗ ਮੇ ਜਲ ਕਰ ਸਤੀ ਹੋਣੇ ਕੀ ਆਵਸ਼ਕਤਾ ਨਹੀਂ। ਉਨਕਾ ਪਤੀ ਚਾਹੇ ਜੀਏ ਚਾਹੇ ਮਰੇ ਵੇ ਉਨਸੇ ਦੂਰ ਸੇ ਹੀ ਭਾਗ ਜਾਤੀ ਹੈ। ਪੌੜੀ, ਤੁਦ ਦੁੱਖ ਸੁਖ ਨਾਲ ਉਪਾਇਆ ਲੇਖ ਕਰਤੇ ਲਿਖਿਆ ਨਾ ਵੇ ਜੇਵੜ ਹੋਰ ਦਾਤ ਨਾਹੀ ਤਿਸ ਰੂਪ ਨਾ ਰਿਖਿਆ ਨਾਮ ਅਖਟ ਨਿਧਾਨ ਹੈ ਗੁਰਮੁਖ ਮਨ ਬਸਿਆ ਕਰ ਕਿਰਪਾ ਨਾਮ ਦੇਵਸੀ ਫਿਰ ਲੇਖ ਨਾ ਲਿਖਿਆ ਸੇਵਕ ਭਾਈ ਸੇ ਜਨ ਮਿਲੇ ਜਿਨ ਹਰ ਜਪ ਜਪਿਆ। ਹੇ ਪਰਮੇਸ਼ਵਰ ਜੀ, ਤੂਨੇ ਦੁੱਖ ਸੁਖ ਸਾਥ ਹੀ ਪੈਦਾ ਕੀਆ ਹੈ ਔਰ ਭਾਗਯ ਲਿਖ ਦਿਆ ਹੈ। ਨਾਮ ਜਿਤਨੀ ਬੜੀ ਦੇਨ ਅਨਯ ਕੋਈ ਨਹੀਂ ਨਾ ਹੀ ਉਸਕਾ ਕੋਈ ਰੂਪ ਹੈ ਔਰ ਨਾ ਹੀ ਕੋਈ ਚਿੰਨ ਹੈ। ਨਾਮ ਤੋ ਏਕ ਅਕਸ਼ਯ ਖਜ਼ਾਨਾ ਹੈ ਜੋ ਗੁਰੂ ਕੇ ਮਾਧਿਅਮ ਸੇ ਹੀ ਮਨ ਮੇ ਬਸਤਾ ਹੈ। ਪਰਮਾਤਮਾ ਜੀ ਆਪਣੀ ਕਿਰਪਾ ਕਰਕੇ ਜਿਸੇ ਨਾਮ ਦੇ ਦੇਤੇ ਹੈ ਵਹ ਪੁਨਃ ਉਸਕਾ ਦੁੱਖ ਸੁਖ ਕਾ ਨਸੀਬ ਨਹੀਂ ਲਿਖਤੇ। ਜਿਨ੍ਹੋਂ ਸ਼ਰਧਾ ਭਾਵਨਾ ਸੇ ਹਰੀ ਕਾ ਨਾਮ ਜਪਾ ਹੈ ਵੇ ਮਨੁਸ਼ਯ ਉਸਮੇ ਹੀ ਮਿਲ ਗਏ ਹੈ। ਸਲੋਕ ਮਹਿਲਾ ਦੂਜਾ, ਜਿਨੀ ਚੱਲਣ ਜਾਣਿਆ ਸੈ ਕਿਉਂ ਕਰਹਿ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਣ ਹਾਰ। ਜਿਨ ਮਨੁਸ਼ਿਓ ਨੇ ਯਹ ਭੇਦ ਜਾਣ ਲਿਆ ਹੈ ਕਿ ਉਨ੍ਹੋਂਨੇ ਦੁਨੀਆ ਸੇ ਚਲੇ ਜਾਣਾ ਹੈ ਵੇ ਝੂਠੇ ਧੰਦੋ ਕਾ ਪ੍ਰਸਾਰ ਕਿਉਂ ਕਰੇ ਆਪਣੇ ਹੀ ਕਾਰਯ ਸਵਾਰਨੇ ਵਾਲੇ ਲੋਗੋਂ ਕੋ ਯਹਾਂ ਸੇ ਚਲੇ ਜਾਣੇ ਕੇ ਬਾਰੇ ਮੇਂ ਕੋਈ ਸਮਝ ਨਹੀਂ ਹੈ। ਮਹਿਲਾ ਦੂਜਾ, ਰਾਤ ਕਾਰਣ ਧਨ ਸੰਚੀਏ ਭਲਕੇ ਚੱਲਣ ਹੋਈ ਨਾਨਕ ਨਾਲ ਨਾ ਚੱਲੇ ਫਿਰ ਪਛੁਤਾਵਾ ਹੋਈ। ਆਦਮੀ ਜੀਵਨ ਰੂਪੀ ਏਕ ਰਾਤਰੀ ਕੇ ਲੀਏ ਧਨ ਸੰਚਿਤ ਕਰਤਾ ਹੈ ਕਿੰਤੂ ਵਹ ਸੁਬਹ ਹੋਤੇ ਹੀ ਦਮ ਤੋੜ ਕਰ ਚਲਾ ਜਾਤਾ ਹੈ। ਹੇ ਨਾਨਕ, ਮੌਤ ਕੇ ਬਾਅਦ ਧਨ ਉਸਕੇ ਸਾਥ ਨਹੀਂ ਜਾਤਾ ਫਿਰ ਉਸੇ ਪਛਤਾਵਾ ਹੋਤਾ ਹੈ। ਮਹਿਲਾ ਦੂਜਾ, ਬਾਂਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ। ਜੋ ਆਦਮੀ ਮਜਬੂਰੀ ਮੇ ਲਗਾਇਆ ਦੰਡ ਭਰਤਾ ਹੈ ਇਸਮੇ ਨਾ ਕੋਈ ਉਸਕਾ ਗੁਣ ਹੈ ਔਰ ਨਾ ਹੀ ਉਸਕਾ ਉਪਕਾਰ ਹੈ। ਹੇ ਨਾਨਕ, ਵਹੀ ਕਾਰਯ ਉੱਤਮ ਹੈ ਜੋ ਵਹ ਆਪਣੀ ਖੁਸ਼ੀ ਸੇ ਕਰਤਾ ਹੈ। ਮਹਿਲਾ ਦੂਸਰਾ, ਮਨ ਹਟ ਤਰਫ ਨਾ ਜਿਪਈ ਜੈ ਬਹੁਤਾ ਘਾਲੇ ਤਰਫ ਜਿਣੇ ਸਤ ਭਉ ਦੇ ਜਨ ਨਾਨਕ ਸ਼ਬਦ ਵਿਚਾਰੇ। ਆਪਣੇ ਮਨ ਕੇ ਹੱਠ ਸੇ ਕੋਈ ਵੀ ਪ੍ਰਭੂ ਕੋ ਆਪਣੇ ਪਕਸ਼ ਮੇਂ ਨਹੀਂ ਕਰ ਸਕਤਾ ਚਾਹੇ ਵਹ ਬਹੁਤ ਸਾਧਨਾ ਕਰਤਾ ਰਹੇ।
हे नानक, वही मनुष्य कामयाबी हासिल करता है जो सच्चा प्रेम अर्पण करता है और शब्द का चिंतन करता है। पौड़ी, करते कारण जिन किया सो जाने सोई, आपे श्रेष्ठ उपाय आपे फुण गोई, जुग चारे सब भव थकी किन कीमत होई, सतगुर एक विखालिया मन तन सुख होई, गुरमुख सदा सलाहिए करता करे सह होई। जिस परमात्मा जी ने कुदरत को पैदा किया है वही उसे जानता है, उसने स्वयं ही सृष्टि रचना की है और स्वयं उसे नष्ट भी कर देता है। सारी दुनिया चारों युग भटकती हुई थक गई है किंतु किसी ने भी उसका मूल्यांकन नहीं पाया। सतगुरु ने मुझे एक परमात्मा दिखा दिया है जिससे मन तन सुखी हो गया है। गुरु के माध्यम से हमेशा भगवान की स्तुति करते रहना चाहिए, वही होता है जो परमात्मा जी करते हैं। श्लोक महला दूजा, जिन्ना भाव तिन्ना नाही भाव, मुच भाव निभ्या नानक एह पट तरा तित दीवान गया। जिन लोगों को भगवान जी का भय होता है उन्हें अन्य कोई भय प्रभावित नहीं करता, परंतु जिन्हें भगवान का भय नहीं होता उन्हें बहुत प्रकार के भय लगे रहते हैं। हे नानक, यह निर्णय उस मालिक के दरबार में जाते ही होता है। महला दूजा, तुरदे कऊ तुरदा मिले, उड़ते कऊ उड़ता, जीवते कऊ जीवता मिले, मुए कऊ मुआ, नानक सो सलाहिए जिन कारण किया। नदिया को सागर मिल जाता है, वायु को वायु मिल जाती है, प्रचंड अग्नि अग्नि से मिल जाती है, मिट्टी को शरीर रूपी मिट्टी मिल जाती है। हे नानक, उस परमात्मा जी की प्रशंसा करनी चाहिए जिसने यह सारी कुदरत बनाई है। पौड़ी, सच ध्यान से सच्चे गुर शब्द विचारी, हम में मार मन निर्मला हर नाम उर्धारी, कोठे मंडप मांडिया लग पै गवारी, जिन्ह किए तिसह ना जाननी मन मुख गुबारी, जिस बुझाई सो बुझ सी सचिया किया जंत विचारी। वास्तव में वही मनुष्य सत्यवादी है जो शब्द गुरु के चिंतन द्वारा सत्य का ध्यान करते हैं, अहंकार को समाप्त कर उनका मन निर्मल हो जाता है और वे अपने हृदय में हरि नाम को बसा लेते हैं। गवार आदमी अपने सुंदर घरों, भव्य महलों एवं भिन्न भिन्न उद्योगों के मोह में लीन है। मनमुख आदमी मोह के घोर अंधेरे में फंसकर उस परमात्मा जी को नहीं जानते जिसने उन्हें पैदा किया है। सच तो यही है कि ये जीव बेचारे कुछ भी नहीं वही समझता है जिसे वह सूझ देता है। श्लोक महला तीसरा, कामण तौ सिंगार कर, जा पहला कंत मनाई, मत से जे कंत ना आवई एवे व्यर्था जाई, कामण पीर मन मनया तौ बनया सिंगार, किया तौ परवान है जा सह धरे प्यार, भव सिंगार तंबोल रस भोजन भव करई, तन मन सौ पे कंत कौ तौ नानक भोग करई। जीव रूपी कामनी को तो ही श्रृंगार करना चाहिए यदि वह पहले अपने पति प्रभु को प्रसन्न कर ले, क्योंकि पति प्रभु शायद हृदय रूपी सेज पर ना आए तो किया हुआ पूरा श्रृंगार व्यर्थ ही चला जाता है। जब जीव रूपी कामनी के पति का मन प्रसन्न हुआ तो ही उसे श्रृंगार अच्छा लगा है, उसका किया हुआ श्रृंगार तो ही मंजूर है। यदि प्रभु उसे प्रेम करे, वह अपने प्रभु के भय को अपना श्रृंगार, हरि रस को पान एवं प्रेम को अपना भोजन बना लेती है।
हे नानक, पति प्रभु तो ही उससे रमण करता है जब वह अपना तन मन इत्यादि सब कुछ प्रभु को सौंप देती है।